ਹੁਣ ਤਾਂ ਫਾਈਨਲ ਪੇਪਰ ਦੀ ਗੱਲ ਕਹਿ ਲਓ ਰਵਨੀਤ ਜੀ ਆ ਗਈ ਹੈ, ਐਗਜ਼ਾਮ ਕਹਿ ਲਓ ਦੇਤਾ ਆਲਮੋਸਟ, ਚਾਰ ਨੂੰ ਰਿਜ਼ਲਟ ਹੈ। ਨਹੀਂ ਜੀ, ਇਹ ਤਾਂ ਲੋਕਾਂ ਦੇ ਹੱਥ ਆ, ਐਗਜ਼ਾਮ ਤਾਂ ਉਹਨਾਂ ਦੇ ਹੱਥ ਆ, ਇਹ 'ਚ ਆਪਣੇ ਹੱਥ ਤਾਂ ਹੁੰਦਾ ਨਹੀਂ ਕੁਛ, ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਹੁੰਦਾ ਲੋਕਤੰਤਰ 'ਚ, ਅਤੇ ਉਹ ਅੱਜ ਜਿਹੜਾ ਇਹ ਪੇਪਰ ਦੇ ਰਹੇ ਆ, ਅਤੇ ਮੈਨੂੰ ਜੋ ਦੇਖਿਆ ਮੈਂ ਰੁਝਾਨ 30-35% ਵੋਟ ਹੋ ਚੁੱਕੀ ਆ, ਅਤੇ ਉਹਦੇ ਵਿੱਚੋਂ ਟੋਟਲ ਸ਼ਹਿਰਾਂ 'ਚ ਪਿੰਡਾਂ 'ਚ ਜਿਹੜੀ ਆ ਮਿਲਾ ਕੇ ਜੇ ਮੈਂ ਗੱਲ ਕਰਾਂ 50% ਤੋਂ ਉੱਤੇ ਆ ਜਿਹੜੀ ਵੋਟ ਆ ਉਹ ਜਿਹੜੀ ਆ ਮੋਦੀ ਜੀ ਦੇ ਨਾਂ 'ਤੇ, ਇਕੱਲੇ ਇੱਕੋ ਗੱਲ ਲੋਕ ਡਿਵੈਲਪਮੈਂਟ ਦੇ ਨਾਂ 'ਤੇ, ਜਿੰਨੀਆਂ ਮੇਰੇ ਕੋਲ ਰਿਕਾਰਡਿੰਗਾਂ ਕਰਕੇ ਭੇਜੀਆਂ ਏ ਉਹ ਸ਼ਰੇਆਮ ਅੱਗੇ ਕੋਈ ਦੱਸਦਾ ਹੀ ਨਹੀਂ ਹੁੰਦਾ। ਹੁਣ ਸਭ ਨੇ ਬੋਲ ਕੇ ਵੀ ਅਸੀਂ ਤਾਂ ਜੀ ਮੋਦੀ ਜੀ ਦੇ ਨਾਂ 'ਤੇ ਡਿਵੈਲਪਮੈਂਟ ਕਰਾਉਣੀ ਆ, ਜਿਵੇਂ ਦੇਸ਼ 'ਚ ਹੋਈ ਉਹੀ ਡਿਵੈਲਪਮੈਂਟ ਅਸੀਂ ਲੁਧਿਆਣੇ 'ਚ ਚਾਹੁੰਦੇ ਹਾਂ। ਅਤੇ ਉਰੇ ਆ ਕੇ ਮੋਦੀ ਜੀ ਨੇ ਜੋ ਕਿਹਾ ਵੀ ਬਿੱਟੂ ਮੇਰਾ ਸਭ ਤੋਂ ਨੇੜੇ ਦਾ ਮਿੱਤਰ ਆ, ਅਮਿਤ ਸ਼ਾਹ ਜੀ ਨੇ ਕਿਹਾ ਮੇਰਾ ਸਭ ਤੋਂ ਜ਼ਿਆਦਾ ਦਾ ਨੇੜੇ ਦਾ ਦੋਸਤ ਆ, ਯੋਗੀ ਜੀ ਨੇ ਕਿਹਾ ਵੀ ਅਸੀਂ 5 ਸਾਲ ਪਹਿਲਾਂ ਬੈਠ ਕੇ ਬਣਾਉਂਦੇ ਹੁੰਦੇ ਸੀ ਰਾਮ ਮੰਦਿਰ ਕਿਵੇਂ ਫੈਸਲਾ ਕਰਨਾ, ਕਰਤਾਰਪੁਰ ਸਾਹਿਬ ਕੋਰੀਡੋਰ ਕਿਵੇਂ ਕਰਨਾ, ਹੁਣ ਇਹ ਤਾਂ ਲੁਧਿਆਣੇ ਵਾਲੇ ਦੇ ਹੱਥ ਆ, ਉਹ ਤਾਂ ਪਹਿਲੇ ਨੰਬਰ ਦੀ ਕੁਰਸੀ ਦੇਣ ਨੂੰ ਲੁਧਿਆਣੇ ਨੂੰ ਕੈਬਨਿਟ 'ਚ ਤਿਆਰ ਬੈਠੇ ਆ, ਤਿੰਨੋਂ ਬੰਦੇ ਇਹ ਗੱਲ ਕਹਿ ਕੇ ਗਏ ਨੇ। ਹੁਣ ਇਹ ਤਾਂ ਮੈਂ ਲੁਧਿਆਣੇ ਵਾਲਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਫੈਸਲਾ ਕਰ ਲਓ, ਦੂਜੇ ਪਾਸੇ ਓਪੋਜੀਸ਼ਨ 'ਚ ਬਹਿਣ ਵਾਲੇ ਆ ਵੜਿੰਗ ਸਾਹਿਬ, ਪੱਪੀ ਪਹਿਲਾਂ ਹੀ ਉਰੇ ਐਮ ਐਲ ਏ ਹੈਗੇ ਓਪੋਜੀਸ਼ਨ 'ਚ ਬਹਿਣ ਵਾਲੇ ਨੇ, ਬੀਜੇਪੀ ਦੀ ਸਰਕਾਰ ਲੋਕ ਬਣਾ ਚੁੱਕੇ ਆ ਦੇਸ਼ 'ਚ, ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਲੁਧਿਆਣੇ ਦੀ ਤਰੱਕੀ ਹੋਵੇ ਅਤੇ ਲੁਧਿਆਣੇ ਦੀ ਸੁਣਵਾਈ ਹੋਵੇ, ਇਹ ਵੀ ਨੋਇਡਾ ਗੁੜਗਾਓਂ ਫਰੀਦਾਬਾਦ ਬਣੇ ਸਿੰਘਾਪੁਰ ਵਰਗਾ ਬਣੇ, ਤਾਂ ਹੱਥ ਜੋੜ ਕੇ ਤੁਸੀਂ ਤਰੱਕੀ ਨੂੰ ਡਿਵੈਲਪਮੈਂਟ ਨੂੰ ਮੋਦੀ ਜੀ ਨੂੰ ਕਮਲ ਦਾ ਫੁੱਲ 5 ਨੰਬਰ ਬਟਨ ਦੱਬ ਕੇ ਕੈਬਨਿਟ ਮੰਤਰੀ ਮਿਲਣੀ ਆ ਤੁਹਾਡੇ ਨਾਲ, ਦੂਜੇ ਪਾਸੇ ਮਿਲਣਾ ਕੁਛ ਨਹੀਂ। ਨਹੀਂ ਵਡਿੰਗ ਜੀ ਹੁਣੇ ਮਿਲੇ ਮੈਨੂੰ, ਕਹਿੰਦੇ ਸਾਥੀ ਤਾਂ ਬਿੱਟੂ ਪੁਰਾਣਾ ਪਰ ਧੋਖਾ ਦੇ ਗਿਆ। ਕਿਹਨੂੰ? ਕਿਹਨੂੰ ਦੇ? ਕਹਿੰਦੇ ਕਾਂਗਰਸ ਨੂੰ, ਮੈਨੂੰ। ਤੂੰ ਉਹ ਕਿਹੜਾ ਕਾਂਗਰਸੀ ਆਏ, ਕਿੱਦਣ ਦਾ ਕਾਂਗਰਸੀ ਆਏ, ਉਹ ਤਾਂ ਜੰਮਿਆ ਵੀ ਨਹੀਂ ਸੀ ਜਿੱਦਣ ਦੇ ਅਸੀਂ ਕਾਂਗਰਸ 'ਚ। ਤੇ ਲੱਗਦਾ ਕਿ ਅੱਜ ਰੁਝਾਨ ਦੇਖ ਕੇ ਆਇਓ, ਪਿੰਡਾਂ 'ਚ ਘੁੰਮ ਕੇ ਆਇਓ, ਲਗਾਤਾਰ ਦੌਰੇ ਕਰ ਰਹੇ ਹੋ, ਉਹ ਵੀ ਕਹਿੰਦੇ ਮੇਰਾ ਮਾਰਜਨ ਬਹੁਤ ਵੱਡਾ। ਉਹ ਤਾਂ ਗਿੱਦੜਵਾਂ ਆਇਆ ਉੱਥੋਂ, ਕਿਉਂਕਿ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਵੀ ਜਦੋਂ ਇੱਥੇ ਵੋਟ ਪਊ ਨਾ ਲੁਧਿਆਣੇ ਵਾਲੇ ਵੋਟ ਪਾਉਣਗੇ, ਜਾਂ ਤਾਂ ਉਹ ਲੁਧਿਆਣੇ ਅਸਲ ਜੇ ਹੁੰਦੇ ਲੁਧਿਆਣੇ ਦਾ ਪਿਆਰ ਤਾਂ ਲੁਧਿਆਣੇ ਉਹ ਵੋਟ ਬਣਾਈ ਹੁੰਦੀ, ਮਹੀਨਾ ਦੋ ਡੇਢ ਮਹੀਨਾ ਸੀ, ਤੇ ਅੱਜ ਵੀ ਸਵੇਰੇ ਵੋਟ ਪਾਉਣ ਕਿੱਥੇ ਗਏ ਆ, ਭੱਜੇ ਆ ਗਿੱਦੜਵਾਏ, ਕਿਉਂਕਿ ਉਹਨਾਂ ਦੇ ਦਿਲ 'ਚ ਗਿੱਦੜਵਾ ਵੱਸਦਾ, ਸਾਡੇ ਲੁਧਿਆਣਾ ਵੱਸਦਾ ਏ, ਇੰਨਾ ਹੀ ਫਰਕ ਆ। ਜੇ ਉਹ ਵੋਟ ਬਣਾਉਣ ਦੇ, ਮੈਂ ਕਹਿਣ ਦਾ ਲੁਧਿਆਣੇ ਵਾਲਿਆਂ ਨੂੰ ਵੀ ਭਾਈ ਇਹ ਵੀ ਹੱਕਦਾਰ ਆ ਵੋਟ ਦਾ, ਕਿਉਂਕਿ ਇਹਨਾਂ ਲੁਧਿਆਣੇ ਵੋਟ ਬਣਾ ਲਈ, ਉਹ ਅੱਜ ਵੀ ਉਹਦੇ ਵੱਸਦਾ ਗਿੱਦੜਵਾ, ਤੇ ਅੱਜ ਵੀ ਵੋਟ ਪਾਉਣੋ ਸਵੇਰੇ ਉੱਥੇ ਗਏ ਨੇ, ਤੇ ਇਸ ਕਰਕੇ ਲੁਧਿਆਣਾ ਸਾਡੇ ਵੱਸਦਾ, ਲੁਧਿਆਣੇ ਵਾਲੇ ਅਸੀਂ ਆ। ਯੋਗੀ ਜੀ ਆਏ, ਉਹ ਕਹਿੰਦੇ ਰਵਨੀਤ ਬਿੱਟੂ ਹੈ, ਅਮਿਤ ਸ਼ਾਹ ਕਹਿੰਦੇ ਰਵਨੀਤ ਬਿੱਟੂ, ਇਹ ਰੀਲਾਂ ਬੜੀ ਵਾਇਰਲ ਹੋ ਰਹੀਆਂ। ਵਾਕਈ ਰਵਨੀਤ ਬਿੱਟੂ ਨੂੰ ਕੈਬਨਿਟ ਦੀ ਗੱਲ ਤੁਸੀਂ ਕਰ ਰਹੇ ਹੋ ਤਾਂ ਲੋਕਾਂ ਦੇ ਹੱਥ ਆ, ਚਲੋ ਬਾਅਦ 'ਚ ਆਏਗਾ, ਲੇਕਿਨ ਲੱਗਦਾ ਕਿ ਮਨ ਟਟੋਲਿਆ ਲੋਕਾਂ ਦਾ, ਕੀ ਲੱਗਦਾ ਕਿ ਕਿਸੇ ਬਾਰੇ ਮੋਦੀ ਜੀ ਨੇ ਜਾਂ ਪ੍ਰਾਈਮ ਮਿਨਿਸਟਰ ਸਾਹਿਬ ਨੇ ਜਾਂ ਯੋਗੀ ਜੀ ਨੇ ਜਾਂ ਕਿਸੇ ਅਮਿਤ ਸ਼ਾਹ ਜੀ ਨੇ ਜੇ ਕਿਸੇ ਬਾਰੇ ਕਿਹਾ ਤਾਂ ਦੱਸ ਦਿਓ, ਤੇ ਦੇਸ਼ 'ਚ ਮੇਰੇ ਬਾਰੇ ਤਿੰਨੋਂ ਕਹਿ ਕੇ ਗਏ ਆ, ਇਦੋਂ ਵੱਡੀ ਮੋਹਰ ਤਾਂ ਕੋਈ ਹੋ ਨਹੀਂ ਸਕਦੀ। ਮੈਂ ਤਾਂ ਉਦਣ ਦਾ ਇਹ ਸਮਝਦਾ ਵੀ ਮੈਂ ਕਿੰਨਾ ਭਾਗਾਂ ਵਾਲਾ, ਕਿਸਮਤ ਵਾਲਾ ਵੀ ਐਡੇ ਬੰਦੇ ਜਿਹੜੇ ਦੁਨੀਆਂ 'ਤੇ ਰਾਜ ਕਰ ਰਹੇ ਆ ਉਹ ਮੈਨੂੰ ਆਪਣਾ ਇੰਨਾ ਪਿਆਰਾ ਮਿੱਤਰ, ਆਪਣਾ ਸਾਥੀ ਸਮਝਦੇ ਆ, ਅਤੇ ਹੁਣ ਇਹ ਲੁਧਿਆਣੇ ਵਾਲੇ ਨੇ ਜੇ ਜਾਂ ਬਦਲਣਾ ਸਾਰਾ ਕੁਛ। ਨਹੀਂ ਤੁਸੀਂ ਬਦਲਾਵ ਕਰਕੇ ਆਏ ਕਾਂਗਰਸ ਛੱਡ ਗਿਆ, ਕਿਆ ਲੋਕਾਂ ਨੂੰ ਇਹ ਚੀਜ਼ ਸਮਝ ਆਈ, ਸਮਝਾ ਪਾਏ ਆਪਣੀ ਗੱਲਬਾਤ ਜਾਂ ਮੋਦੀ ਦੇ ਤਾਂ ਚਿਹਰਾ? ਉਹ ਤਾਂ ਅੱਜ ਵੋਟ ਪੈ ਰਹੀ ਆ ਜੀ, ਉਹ ਤਾਂ ਗੱਲਾਂ ਖਤਮ ਹੋ ਗਈਆਂ ਹੁਣ। ਕਿੰਨੀਆਂ ਸੀਟਾਂ ਦੇਖਦੇ ਹੋ? ਹੁਣ ਤਾਂ ਇਹ ਆ ਵੀ ਲੁਧਿਆਣੇ ਨੇ ਕੈਬਨਿਟ 'ਚ ਬਹਿਣਾ ਤਾਂ ਕਮਲ ਦਾ ਫੁੱਲ 5 ਨੰਬਰ, ਜੇ ਓਪੋਜੀਸ਼ਨ ਨਾਅਰੇਬਾਜ਼ੀ ਕਰਨੀ ਆ, ਰੌਲਾ ਪਾਉਣਾ, ਲੁਧਿਆਣੇ ਨੂੰ ਕੋਈ ਏਮਸ ਨਹੀਂ, ਮੈਟਰੋ ਨਹੀਂ, ਕੋਈ ਹਵਾਈ ਜਹਾਜ਼ ਨਹੀਂ, ਇੰਟਰਨੈਸ਼ਨਲ ਏਅਰਪੋਰਟ ਨਹੀਂ, ਕੋਈ ਫੈਕਟਰੀਆਂ ਦਾ ਕੋਈ ਕੁਛ ਨਹੀਂ, ਫਿਰ ਰਾਜਾ ਵੜਿੰਗ ਅਤੇ ਪੱਪੀ ਜ਼ਰੂਰੀ ਨੇ। ਜੇ ਇਹ ਸਾਰਾ ਕੁਛ ਲੈ ਕੇ ਆਉਣਾ ਫਿਰ 5 ਨੰਬਰ ਦਾ ਬਟਨ ਰਵਨੀਤ ਬਿੱਟੂ ਜ਼ਰੂਰੀ ਆ। ਬਹੁਤ ਬਹੁਤ ਸ਼ੁਕਰੀਆ।